ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਜੋ ਕਿ ਪਿਛਲੇ ਦਿਨੀ ਆਨੰਦਪੁਰ ਕਲੌੜ ਦੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਬਰਸਾਨਪੁਰ ਦੀ ਟੀਮ ਦਾ ਗੁਰਵਿੰਦਰ ਘਾਂਗੇ ਦਾ, ਸੋ ਸਾਰੇ ਪ੍ਰਬੰਧਕ ਜਿਹੜੇ ਆਨੰਦਪੁਰ ਕਲੌੜ ਦੇ ਖੜੇ ਨੇ, ਗੁਰਵਿੰਦਰ ਵੀਰ ਸਾਡਾ ਖੜਾ, ਸਾਰੇ ਪਲੇਅਰ ਵੀ ਅਸੀਂ ਖੜੇ ਹਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ, ਇੱਕ ਪਿਆਰ ਹੁੰਦਾ, ਉਹਨੂੰ ਕਾਇਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਹਾਂ। ਜੋ ਉਸ ਦਿਨ ਹੋਇਆ ਬਹੁਤ ਮੰਦਭਾਗਾ ਹੋਇਆ, ਸੋ ਜਿੱਥੇ ਵੀ ਕਬੱਡੀ ਨੂੰ ਚਾਹੁਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ, ਬੜਾ ਦੁਖੀ ਨੇ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਸੀਗਾ। ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ, ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਹਾਂ ਤਾਂ ਉਹ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ। ਸੋ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਬਿਹਤਰੀ ਲਈ ਸਿਰ ਜੋੜ ਕੇ, ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂ ਬਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੇੜੀਆਂ ਨੇ। ਕਮੇਟੀ ਵੀ ਖੜੀ ਆ, ਗੁਰਵਿੰਦਰ ਘਾਂਗਾ ਵੀ ਖੜਾ, ਤੇ ਇੱਕ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੇਜ ਪੋਜ਼ਿਟਿਵ ਲਈ ਕੰਮ ਕਰਦੇ ਨੇ ਕਬੱਡੀ ਲਈ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਕੁਛ ਪੇਜ ਨੇ, ਕੁਝ ਸਾਡੇ ਵੀਰ ਇਹੋ ਜਿਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੌਲੇ ਦੀ ਤਾਂ ਚੱਕ ਕੇ ਯੂਟਿਊਬ ਤੇ ਚਾੜ ਦੇਣੀ। ਸੋ ਸਾਡੀ ਹੱਥ ਬੰਨ ਕੇ ਬੇਨਤੀ ਆ, ਜੇ ਆਪਾਂ ਕਬੱਡੀ ਨੂੰ ਪਿਆਰ ਕਰਦੇ ਹਾਂ, 100 ਊਠ ਤਾਈਆਂ ਨੇ ਇਸ ਦਿਲ ਦੇ ਵਿੱਚ ਵੀ, ਪਤਾ ਨੀ ਕਿੰਨਾ ਕੁਛ ਜਿਹੜਾ ਛੁਪਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਛ ਬੋਲ ਸਕਦੇ ਹਾਂ, ਪਰ ਸਾਡੀ ਹੱਥ ਬੰਨ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਕਰੀਏ, ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟਾਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉ ਕੌਣ ਤੇ ਕਬੱਡੀ ਖੇਡੂ ਕੌਣ। ਸੋ ਸਾਡੀ ਹੱਥ ਬੰਨ ਕੇ ਬੇਨਤੀ ਆ, ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁਲ ਆ, ਹਰ ਇੱਕ ਬੰਦੇ ਦੀ ਇੱਜ਼ਤ ਆ। ਜੇ ਕੋਈ ਪਲੇਅਰ ਆਇਆ, ਮੰਨ ਲਓ ਗੁਰਵਿੰਦਰ ਆਇਆ, ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਵੀ ਏਦਾਂ ਜੀ ਏਦਾਂ, ਔਰ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ, ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ। ਸੋ ਸਾਡੀ ਹੱਥ ਬੰਨ ਕੇ ਬੇਨਤੀ ਉਹਨਾਂ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਕਰੀਏ, ਨਾ ਕਿ ਪਿੱਛੇ ਲਿਜਾਣ ਵਾਲੀਆਂ ਗੱਲਾਂ ਕਰੀਏ, ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਉਹ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ, ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ। ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਦੱਸ ਸਕਦੇ। ਅਸੀਂ ਬਾਈ ਜਲਾਬ ਨੂੰ ਫੋਨ ਕਰਿਆ ਵੀ ਬਾਈ ਇੱਦਾਂ ਦਾ ਕਰਕੇ ਜੋ ਸਾਡੇ ਵਿੱਚ ਉਹਨੂੰ ਸੁਲਝਾ ਦਿਓ, ਮਸਲਾ ਜਿੰਨਾ ਆਪਾਂ ਰੌਲਾ ਵਧਾਉਂ ਉਨਾ ਹੀ ਜ਼ਿਆਦਾ ਵਧਣਾ, ਕਹਿੰਦੇ ਉਹਦੇ ਲੜਾਈ ਆ ਤਾਂ ਸੀਰੀ ਜਿੰਨਾ ਮਰਜ਼ੀ ਹੁੰਦਾ ਉਹਦੇ ਵੱਧ ਹੀ ਜਾਂਦੀ ਗਾ। ਅਤੇ ਅੱਜ ਜਿੱਥੇ ਲੁਧਿਆਣੇ 'ਚ ਇਕੱਠੇ ਹੋਏ ਬਾਈ ਲੈ ਕੇ ਆਇਆ ਬਾਈ ਨੇ, ਅਤੇ ਸਾਡੇ ਵਿੱਚ ਕੋਈ ਰੋਸਾ ਨਹੀਂ ਬਾਈ ਦੇ ਖਿਲਾਫ਼ ਵੀ ਨਾ ਬਾਈ ਨੂੰ ਸਾਡੇ ਖਿਲਾਫ਼ ਕੋਈ ਰੋਸਾ। ਬਾਈ ਦੇ ਕਹਿ ਰਿਹਾ ਸੀਗਾ ਆਪਣੇ ਪੇਜ ਤੇ ਵੀ ਬਾਈ ਮੈਂ ਗੱਡੀ ਨਹੀਂ ਖੇਡਦਾ ਸੀ, ਬਾਈ ਨੂੰ ਇੱਥੇ ਬੁਲਾਇਆ ਬਾਈ ਨਾਲ ਗੱਲਬਾਤ ਕਰੀਏ, ਇਹੋ ਜਿਹਾ ਕੋਈ ਰੌਲਾ ਨਹੀਂ ਸਾਡੇ 'ਚ। ਪਲੇਅਰਾਂ ਵਾਸਤੇ ਬਹੁਤ ਇੱਜ਼ਤ ਹੈ ਯਾਰ, ਅਸੀਂ ਇੰਨਾ ਪਾਣੀ ਧਾਣੀ ਕੱਢ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਖਿਲਾਉਣ ਵਾਸਤੇ ਇੱਥੇ ਲਿਆਂਦਾ ਸੀਗਾ। ਚਲੋ ਕੋਈ ਗਲਤੀਆਂ ਜਿਹੜੀਆਂ ਵਿੱਚੋਂ ਵਿੱਚ ਸਾਨੂੰ ਨਹੀਂ ਪਤਾ ਲੱਗੀਆਂ, ਅਸੀਂ ਅਸੀਂ ਬਾਈ ਦਾ ਧੰਨਵਾਦ ਕਰਦੇ ਹਾਂ ਸਾਡੇ ਗੇਟ ਦੇ ਇੱਥੇ ਆ ਗਿਆ। ਅੱਗੇ ਨੂੰ ਸਾਡੇ ਬਾਈ ਵਾਸਤੇ ਕੋਈ ਸਾਡੇ ਦਿਲ ਦੇ ਵਿੱਚ ਗੁੱਸਾ ਨਹੀਂ, ਕੋਈ ਰੌਲਾ ਨਹੀਂ ਹੈਗਾ। ਅੱਗੇ ਨੂੰ ਵੀ ਬਾਈ ਆਊਗਾ ਖੇਡੂ ਸਾਡੇ ਕੋਲ ਖੇਡੂਗਾ। ਅਤੇ ਬਾਕੀ ਮੇਰੀ ਬੇਨਤੀ ਹੈ ਕਿ ਬਾਈ ਜਿਹਦੇ ਵਿੱਚ ਪੇਜਾਂ ਨੇ ਗਲਤ ਮੈਸੇਜ ਪਾਉਂਦੇ ਆ ਉਹ ਅੱਜ ਤੋਂ ਬਾਅਦ ਨਾ ਪਾਇਓ,
ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਨਾ ਕਰੋ, ਸਮਾਂ ਠੀਕਾ ਟੂ ਹੈ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਇਦਾ।